जिवें कि आपां नूं पता है कि केंद्र सरकार दे वल्लों किसान ऑर्डीनेंस लोक सभा अते राज सभा विच पास करन तों बाद हुण राष्ट्रपति वल्लों भी उस उपर अपनी मोहर लगा के इस नूं कानून बना दिता गया है अते इस दे विरोध दे विच किसान जथेबंदियां दे वल्लों लगातार संघर्ष किया जा रहा है। इसे संघर्ष दे चलदे पिछले दिनी शंभू बार्डर दे उपर भी एक वड्डा इकट्ठ किया गया सी जिस विच भारी तादाद दे विच नौजवानां ने शमूलियत कीती सी जिस दे चलदे दीप सिद्धू वल्लों अपने सोशल मीडिया अकाउंट ते एक वीडियो सांझी कीती गई है जिस दे विच उन्हां दे वल्लों इस किसान विरोधी कानून दे बारे वड्डे ऐलान कीते गए हन। दीप सिद्धू दे वल्लों इस वीडियो दे विच कहा गया है कि असीं लड़ांगे खड़ांगे अते अपनी आवाज़ दिल्ली तक लै के जावांगे। उन्होंने वालों कहा गया है कि मुद्दा सिर्फ MSP का नहीं है, मुद्दा बहुत बड़ा है। अगर असी MSP के उपर रुक जाते हाँ तो यहोजियां सरकार दोबारा काले कानून लैके आनगियां ते साडी धरती अते साडियां जमीनां साडे तों खो के लै जाणगियां। दीप सिद्धू दे वालों कहा गया है कि यह आर पार की लड़ाई है। उन्होंने वालों इस वीडियो दे विच वड्डा ऐलान यह किया गया है कि शंभू बार्डर से 4 अक्टूबर 2020 नूं 10 बजे पक्के मोर्चे ला दिते जाणगे तां जो दिल्ली नूं उत्थों वंगारिया जा सके। इस वीडियो दे विच दीप सिद्धू दे वालों होर वड्डे की ऐलान किए गए हन, तुसीं आप ही सुन लवो। हाँ जी, दोबारा थोड़े नाल जुड़ते हैं। गल आपां कर रहे सी बाबरी मस्जिद दे फैसले दी। फैसला ਐਡਾ ਹੈਰਾਨੀਜਨਕ ਆ ਵੀ ਬਾਬਰੀ ਮਸਜਿਦ ਢਾਈ ਕੀ ਨੇ ਇਹ ਨਹੀਂ ਪਤਾ। ਢਾਈ ਹੀ ਜ਼ਰੂਰ ਆ ਪਰ ਢਾਈ ਕੀ ਨੇ ਇਹ ਨਹੀਂ ਪਤਾ। ਕਿਹਨੇ ਢਾਤੀ? ਹਵਾ ਨੇ ਢਾਤੀ? ਕੋਈ ਹਨੇਰੀ ਆ ਗਈ ਹੋਣੀ ਆ। ਸੋ ਇਹਨਾਂ ਗੱਲਾਂ ਨੂੰ ਦੇਖ ਕੇ ਅਸੀਂ ਮੋਦੀ ਜੀ ਨੂੰ ਵੀ ਸਵਾਲ ਕਰਦੇ ਹਾਂ ਵੀ ਹੇ ਗਿਆਨੇਸ਼ਵਰ, ਹੇ ਮੋਦੀ, ਇਹ ਰਾਮਰਾਜ ਆ, ਇਹ ਨਿਆਂ ਪਾਲਿਕ ਆ, ਇਹ ਸਭ ਕੁਛ ਦੇ ਰਹੇ ਹੋ ਸਾਨੂੰ। ਅਸੀਂ ਲੜਾਂਗੇ, ਅਸੀਂ ਅੜਾਂਗੇ, ਅਸੀਂ ਖੜਾਂਗੇ, ਆਪਦੀ ਆਵਾਜ਼ ਦਿੱਲੀ ਤਾਂ ਹੀ ਲੈ ਕੇ ਜਾਵਾਂਗੇ। ਗੱਲ ਐਂ ਆ ਵੀ ਜੇ ਹੁਣ ਇੱਥੇ ਰੁਕ ਗਏ ਮਿੱਤਰੋ, ਜੇ ਸਿਰਫ MSPਆਂ ਲੈਣ ਤੱਕ ਰਹਿ ਗਏ, ਫਿਰ ਹੋਰ ਕਾਲੇ ਕਾਨੂੰਨ ਆਉਣਗੇ, ਸਾਡੀ ਧਰਤੀ, ਸਾਡੀਆਂ ਜ਼ਮੀਨਾਂ, ਸਾਡਾ ਸਭ ਕੁਛ ਲੈ ਜਾਣਗੇ। ਸੋ ਆਰ ਪਾਰ ਦੀ ਲੜਾਈ ਆ। 4 ਤਰੀਕ ਸ਼ੰਭੂ ਬਾਰਡਰ, ਆ ਜਾਓ, ਆ ਜਾਓ ਬਾਈ, ਆ ਜਾਓ ਇੱਧਰ ਆ ਜਾਓ। ਸੋ 10 ਵਜੇ ਸਵੇਰੇ ਸੱਦਾ ਦਿੰਦੇ ਹਾਂ, ਪੱਕਾ ਮੋਰਚਾ ਗੱਡਾਂਗੇ। ਮੋਰਚੇ ਦਾ ਨਾਂ ਕੀ ਆ ਤੁਸੀਂ ਸੁਜੈਸਟ ਕਰੋ, ਨੰਬਰ ਤੁਸੀਂ ਭੇਜੋ, ਜਿਹੜੇ ਜਿਹੜੇ ਆਪਦੀਆਂ ਜ਼ਮੀਰਾਂ। ਆ ਜਾ ਬਾਈ, ਕੀ ਨਾਂ ਤੁਹਾਡਾ? ਗੁਰਦੀਪ। ਗੁਰਦੀਪ, ਆ ਜਾ। ਹੁਣ ਆਏ ਹਾਂ, ਤੁਸੀਂ ਦੱਸੋ ਵੀ ਪੱਕਾ ਮੋਰਚਾ ਕੱਢਣਾ ਚਾਹੀਦਾ ਕਿ ਨਹੀਂ? ਜਿੱਦਾਂ ਆਪਾਂ 25 ਤਰੀਕ ਨੂੰ ਕੱਢਿਆ ਸੀਗਾ ਉਵੇਂ ਹੀ ਕੱਢਾਂਗੇ, ਪੱਕਾ ਦੁੱਗਣਾ ਕੱਢਾਂਗੇ। ਹਾਂ, ਦੁੱਗਣਾ ਬਾਈ ਜੀ, ਸਾਡੀ ਧਰਤੀ, ਸਾਡੇ ਖੇਤ, ਸਾਡੇ ਮਜ਼ਦੂਰ, ਸਾਡੀਆਂ ਫਸਲਾਂ, ਇਹ ਕਿਵੇਂ ਲੈ ਜਾਣਗੇ? ਅੱਜ ਹਰਿਆਣਾ ਹੁੰਦਾ ਅੱਜ। ਬਾਈ ਜੀ ਤੁਸੀਂ ਵੀ ਆਓ ਯਾਰ, ਬਾਈ ਆ ਜਾਓ, ਤੁਸੀਂ ਵੀ ਆਓ, ਤੁਸੀਂ ਵੀ ਆਓ, ਆ ਜਾਓ, ਆ ਜਾਓ। ਲੈ ਨੌਜਵਾਨੋ, ਜਿਹੜੀ ਨੌਜਵਾਨੀ ਇਹ ਕਹਿੰਦੇ ਸੀ ਅਸੀਂ ਲਾਤੀ ਨਸ਼ਿਆਂ 'ਤੇ, ਉਹ ਦਿੱਲੀ 4 ਤਰੀਕ ਨੂੰ ਹੈਰਾਨ ਹੋ ਗਈ ਵੀ ਇਹ ਆ ਕਿੱਥੋਂ ਗਏ। ਸੋ 4 ਤਰੀਕ ਨੂੰ ਬਾਈ ਪੱਕਾ ਮੋਰਚਾ, ਠੀਕ ਆ, ਸੱਦਾ ਦੇ ਦਿਓ। ਮੋਰਚੇ ਦਾ ਨਾਂ ਕੀ ਆ ਸੁਜੈਸਟ ਕਰ ਦਿਓ, ਆਪਦੇ ਆਪਦੇ ਨੰਬਰ ਭੇਜ ਦਿਓ। ਜਿਹੜਾ ਧੱਕਾ ਇਹ ਸਰਕਾਰਾਂ ਕਰ ਰਹੀਆਂ, ਜੋ ਕੁਛ UP 'ਚ ਹੋਇਆ ਉਹ ਸਾਡੀ ਧੀ ਸੀ, ਠੀਕ ਆ। ਜਿਹੜਾ ਕੁਛ ਕੱਲ੍ਹ ਬਾਬਰੀ ਮਸਜਿਦ ਦਾ ਫੈਸਲਾ ਆਇਆ, ਫੈਸਲਾ ਇਹ ਆ ਵੀ ਬਾਬਰੀ ਮਸਜਿਦ ਢਹੀ ਜ਼ਰੂਰ ਆ ਪਰ ਢਾਈ ਨਹੀਂ ਗਈ। ਯਾਰ ਐਡੂ ਵੱਡਾ ਧੱਕਾ, ਇਹ ਕਿਹੜੀ ਨਿਆਂਪਾਲਿਕਾ ਦੀ ਗੱਲ ਕਰਦੇ ਹਾਂ ਅਸੀਂ? ਸੋ ਲੋਕ ਜੁੜ ਗਏ ਆ, ਲੋਕਾਂ ਦੇ ਅੰਦਰ ਜਿਹੜਾ ਮਨਾਂ ਦਾ ਗੁੱਸਾ ਸੀ, ਚਾਹੇ ਉਹ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਹੋਵੇ, ਬੇਅਦਬੀ ਨੂੰ ਲੈ ਕੇ ਹੋਵੇ, ਚਾਹੇ ਸਾਡੇ ਜਿਹੜਾ ਯੂਥ ਇਹਨਾਂ ਨੇ ਨਸ਼ਿਆਂ 'ਤੇ ਲਾਤਾ, ਇਹਨਾਂ ਨੇ ਹੋਰ ਹੀ ਪਾਸੇ ਧੱਕਣ ਲਾਤਾ, ਚਾਹੇ ਬੇਰੁਜ਼ਗਾਰੀ ਨੂੰ ਲੈ ਕੇ ਹੋਵੇ, ਸਾਡੇ ਪਿੰਡਾਂ ਦੇ ਮਸਲੇ ਹੋਣ, ਮਜ਼ਦੂਰਾਂ ਦੇ ਮਸਲੇ ਹੋਣ, ਹਰ ਵਾਰ ਇਹਨਾਂ ਨੇ ਤੀਰ ਮਾਰਿਆ। ਹਾਂਜੀ, ਸਰਕਾਰਾਂ ਨੇ, ਹਾਂਜੀ, ਜਿੱਥੇ ਵੀ ਲੱਗਿਆ ਇਹਨਾਂ ਨੇ ਤੀਰ ਮਾਰਿਆ, ਜਿੱਥੇ ਵੀ ਭਾਵੇਂ ਨੌਜਵਾਨ 'ਤੇ ਲੱਗਿਆ, ਯੂਥ 'ਤੇ ਲੱਗਿਆ, ਭਾਵੇਂ ਸਾਡੇ ਧਾਰਮਿਕ ਸਥਾਨਾਂ 'ਤੇ ਲੱਗਿਆ, ਜਿੱਥੇ ਵੀ ਹੋ ਗਿਆ ਇਹਨਾਂ ਨੇ ਤੀਰ ਮਾਰਿਆ। ਪਰ ਸਾਡੇ ਜਬੇ ਬਾਣ ਲੱਗ ਗਏ, ਉਹ ਤਵੇ ਰੋਸ ਜਾਗੇ ਵਾਲੇ ਬੰਦੇ ਆ, ਸਾਨੂੰ ਕਿੱਥੋਂ ਚੱਕ ਕੇ ਲੈ ਜਾਣਗੇ ਇਹ? ਸੋ ਖੁੱਲ੍ਹਾ ਸੱਦਾ ਹਰ ਵਰਗ ਨੂੰ, ਹਰ ਔਰਗਨਾਈਜੇਸ਼ਨ ਨੂੰ, ਹਰਿਆਣੇ ਵਾਲਿਆਂ ਨੂੰ ਵੀ, ਸਾਡੇ ਭਰਾਵਾਂ ਨੂੰ ਵੀ, ਆਓ ਦਿੱਲੀ ਨੂੰ ਸਿੱਧਾ ਮੱਥਾ ਲਾਈਏ ਸ਼ੰਭੂ ਬਾਰਡਰ ਤੋਂ। 4 ਤਰੀਕ ਨੂੰ ਸਵੇਰੇ 10 ਵਜੇ ਪੱਕਾ ਮੋਰਚਾ ਕੱਢਾਂਗੇ। ਸੋ ਮੇਰੇ ਵੱਲੋਂ
हर बंदे नू हर वर्ग नू हर उस भरा नू जिदी जमीर जागदी आ साडियां भैणां नू खुला सत्ता जी 4 तरीक नू पक्का मोर्चा कड्डांगे शंभू बॉर्डर सवेरे 10 बजे। मेरे वल्लों बहुत सारा प्यार ते सत्कार, जिवें बाई ने कहा इन्होंने बथेरे तीर मारे, बहुत सीना साडा छली कीता, पर जवे बाण लग गए तवे रोस जागे, साडे चो तुसी चिणग कित्थों लै जाओगे, कित्थों कढ लोगे। साडे नाल पंजाब दा हर वर्ग हर व्यक्ति हर बंदा साडियां भैणां हर इंटलैक्चुअल एजुकेशनिस्ट टीचर प्रोफेसरस साडे नाल डॉक्टर्स मैडिकल साइंस दे नाल रिलेटेड आ जिहड़ा हर बंदा खड़ा, किसान यूनियन आ साडे नाल खड़ियां। सो 4 तरीक नूं 10 बजे मोर्चे दा नां की होऊगा ये तुसी दसना, ते आपदा आपदा नंबर भेजो, जिहड़े जिहड़े बाई साडे नाल आ के उत्थे साडे नाल खड़नगे दिल्ली नूं वंगारनगे। पक्का मोर्चा जदों तक असी किसी गल ते नहीं आउंदे, गल कल्ली MSP दी नहीं आ, गल कल्ली MSP तां गाजरां दे दिंदे आ सानूं, मुड़ के फिर कोई काला कानून लै आउंदे आ। गल कल्ली इत्थे MSP दी नहीं रह गई, आ बाई खेतां च काम करदे आ, किसान भरा साडे बैठे आ, इन्हां तों पुछ लो, कोई सरकार फसल नहीं खरीद रही, कोई सरकार किसी मंडी च झोना किसान सड़कां ते लै के कदे एक मंडी ते कदे दूजे मंडी ते फिरदे आ, कोई फसल नहीं खरीदी जा रही। इधर पिछे आ जाओ तुसीं। सो असी नहीं हुण हटदे, असी लड़ांगे, असी अड़ांगे, असी खड़ांगे, ते ना असी अकदे आ ना थकदे आ। एक गल भी इन्हां नूं कह दो, तुसीं कह दो मेरे वाली गल, जिथे तक लग्या जोर लावांगे, जिथे तक जाना पिया जावांगे, भावें जो मर्जी करना पावे, दिन रात भावें साल लड़ाई पर लड़नी पावे, भावें 2 साल लड़ाई लड़नी पावे। क्या बात आ, ए आ जज्बा, आपां लड़ांगे जरूर। इथे तक जाया गया, अज तक जिन्नी वी जंगां लड़ियां साडे गुरुआं ने लड़ियां सारियां फतेह होईयां, जिन्ने वी मोर्चे असीं फतेह कीते सारे, ए मोर्चा वी असीं फतेह करांगे। क्या बात आ, वाहिगुरू जी का खालसा वाहिगुरू जी की फतेह। ते एक होर अपील आ वी साडे हिंदू भरावां नूं साडे दलित भरावां नूं साडे हर वर्ग नूं, ओह साडे ही आ, असीं इह दर्जा बदर्जी भी खत्म करनी आ, ओह चलो बाद दी गल आ, पहलां किसानी दा ते मजदूरां दी जिहड़ी गल आ ओहदा हक लै के रहांगे। पक्का मोर्चा 4 तरीक नूं शंभू बॉर्डर ते, ठीक आ जी, सत श्री अकाल, बहुत सारा प्यार ते सत्कार।